ਤੁਸੀਂ ਬਹੁਤ ਹੀ ਗੱਲ ਤਾਂ ਆਪੇ ਕਲੀਅਰ ਕਰ ਦਿੱਤੀ ਹੈ। ਤੁਸੀਂ ਦੱਸਿਆ ਹੈ ਕਿ ਇੱਕ ਰਵਾਇਤੀ ਭਾਸ਼ਣ ਹੁੰਦਾ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਪੰਜਾਬ ਸਰਕਾਰ ਦੇ ਅਫਸਰ ਲਿਖ ਕੇ ਦੇ ਦਿੰਦੇ ਆ ਤੇ ਗਵਰਨਰ ਸਾਹਿਬ ਨੇ ਉਹ ਪੜ੍ਹਨਾ ਹੁੰਦਾ। ਹੁਣ ਫਿਰੋਜ਼ ਸਾਹਿਬ ਦੀ ਵੀ ਆਪਣੀ ਮਜਬੂਰੀ ਸੀ, ਉਹ ਉਹਨਾਂ ਨੂੰ ਉਹ ਭਾਸ਼ਣ ਪਤਾ ਨੂੰ ਪੜ੍ਹਨਾ ਚਾਹੁੰਦੇ ਸੀ ਕਿ ਨਹੀਂ ਪੜ੍ਹਨਾ ਚਾਹੁੰਦੇ, ਪਰ ਜਿਹੜੀ ਇੱਕ ਹਾਲਾਤ ਹੁੰਦੇ ਨੇ ਉਹਦਾ ਬਤਾਓ ਪੜ੍ਹਨਾ ਵੀ ਪੈਂਦਾ ਕਿ ਜਿਹੜਾ ਇੱਕ ਪ੍ਰੋਟੋਕਾਲ ਬਣਿਆ ਹੋਇਆ। ਦੂਸਰੀ ਗੱਲ ਇਹ ਆ ਕਿ ਕਾਂਗਰਸ ਨੂੰ ਮੇਰਾ ਇਹ ਸਵਾਲ ਹੈ ਸੰਧੂ ਸਾਹਿਬ ਨੂੰ ਕਿ ਤੁਸੀਂ ਦੇਖੋ ਇੱਥੇ ਤੁਸੀਂ ਬਾਈਕਾਟ ਕਰ ਲਓਗੇ ਉਹਦਾ ਕੀ ਫਾਇਦਾ? ਅਸਲ ਦੇ ਵਿੱਚ ਜਿੱਥੇ ਤੁਹਾਨੂੰ ਬਾਈਕਾਟ ਕਰਨਾ ਚਾਹੀਦਾ ਸੀ ਉਸ ਦੇ ਵਿੱਚ ਜਿਹੜੀ ਲੁਕਣ ਮੀਚੀ ਵਾਲੀ ਖੇਡ ਪੰਜਾਬ ਤੋਂ ਛੱਡ ਕੇ ਬਾਕੀ ਚੰਡੀਗੜ੍ਹ ਤੱਕ ਤੁਸੀਂ ਖੇਡੀਏ, ਕੀ ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਸ ਵਿੱਚ ਕਿਵੇਂ ਘਿਓ ਖਿਚੜੀ ਹੋਈ ਪਈਆਂ ਨੇ, ਕਿਵੇਂ ਰਾਜਸੀ ਲਾਹਾ ਲੈਣ ਲਈ ਆਪਣੇ ਗੈਰ ਸਿਧਾਂਤਕ ਸਮਝੌਤੇ ਕਰ ਰਹੀਆਂ ਨੇ? ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਲੋਕਾਂ ਦੇ ਵਿੱਚ ਹਰ ਚੀਜ਼ ਲੋਕ ਸਮਝਦੇ ਨੇ, ਇਹ ਨਹੀਂ ਹੈਗਾ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ। ਗਵਰਨਰ ਸਾਹਿਬ ਦਾ ਭਾਸ਼ਣ ਉਹਨਾਂ ਨੇ ਪੜ੍ਹਨਾ ਸੀ, ਕੀ ਪੜ੍ਹਨਾ ਸੀ, ਉਹ ਵੀ ਜਿਹੜੀਆਂ ਪ੍ਰਾਪਤੀਆਂ ਗਿਣਾਉਣੀਆਂ ਨੇ ਪੰਜਾਬ ਸਰਕਾਰ ਨੇ ਉਹ ਆਪਾਂ ਨੂੰ ਪਤਾ ਹੀ ਹੈ ਕਿ ਇੱਥੇ ਲਾ ਐਂਡ ਆਰਡਰ ਦੀ ਸਥਿਤੀ ਕਿਹੋ ਜਿਹੀ ਹੈ, ਕਿਵੇਂ ਦਿਨ ਦਿਹਾੜੇ ਲੋਕਾਂ ਨੂੰ ਗੋਲੀਆਂ ਵੱਜ ਰਹੀਆਂ ਨੇ, ਕਿਵੇਂ ਬੈਂਕ ਲੁੱਟੇ ਜਾ ਰਹੇ ਨੇ, ਕਿਵੇਂ ਡਾਕੇ ਪੈ ਰਹੇ ਨੇ, ਕਿਵੇਂ ਅਸਲੇ ਖਾਨੇ ਲੁੱਟੇ ਜਾ ਰਹੇ ਨੇ, ਤੇ ਕਿਵੇਂ ਗੈਂਗਸਟਰ ਜਿਹੜਾ ਸ਼ਬਦ ਹੈ ਉਹਨੂੰ ਇੰਨਾ ਵੱਡੇ ਪੱਧਰ ਦੇ ਉੱਤੇ ਜਿਸ ਦੇ ਕਿ ਉਹਦਾ ਜਿਹੜਾ ਇੱਕ ਪ੍ਰਭਾਵ ਬਣਾਇਆ ਜਾ ਰਿਹਾ ਕਿ ਦੇਖੋ ਜੀ ਹਰ ਤੀਸਰਾ ਬੰਦਾ ਗੈਂਗਸਟਰ ਬਣ ਗਿਆ, ਉਹ ਜਿਹੜੀਆਂ ਚੀਜ਼ਾਂ ਨੇ ਉਸ ਦੇ ਵਿੱਚੋਂ ਪੰਜਾਬ ਕਿੱਥੇ ਖੜਾ? ਪੰਜਾਬ ਦੇ ਲੋਕਾਂ ਨੇ ਜਿਹੜਾ ਇੱਕ ਇਸ ਸਰਕਾਰ ਨੂੰ ਬਣਾਇਆ ਸੀ ਉਹ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ, ਜਿਹੜੀਆਂ ਉਹਨਾਂ ਨੇ ਗਰੰਟੀਆਂ ਲਈਆਂ ਸੀ, ਗਰੰਟੀਆਂ ਦੇਣੀਆਂ ਸੀ, ਉਹ ਕਿੱਥੇ ਨੇ? ਹੁਣ ਉਹਨਾਂ ਦੇ ਨੁਮਾਇੰਦੇ ਗੈਰ ਹਾਜ਼ਰ ਨੇ, ਆਪਾਂ ਉਹਨਾਂ ਨੂੰ ਸਵਾਲ ਕਰ ਸਕਦੇ ਸਾਂ? ਸੋ ਬੀਜੇਪੀ ਨੂੰ ਸਾਡਾ ਜਿਹੜਾ ਸਵਾਲ ਇਹੋ ਹੀ ਰਿਹਾ ਹੈ ਕਿ ਬੀਜੇਪੀ ਕਾਂਗਰਸ ਦੀ ਲੀਡ ਉੱਤੇ ਨਾ ਚੱਲੇ। ਜੋ ਪਿਛਲੇ ਸਮੇਂ ਚ ਕਾਂਗਰਸ ਨੇ ਗਲਤੀਆਂ ਕੀਤੀਆਂ ਨੇ ਉਹ ਹੁਣ ਬੀਜੇਪੀ ਨਾ ਕਰੇ, ਕਿਸਾਨਾਂ ਨਾਲ ਟਕਰਾ ਕਰੇ, ਮੰਗਾਂ ਉਹਨਾਂ ਦੀਆਂ ਤੁਸੀਂ ਮੰਨ ਚੁੱਕੇ ਹੋ ਉਹਨੂੰ ਲਾਗੂ ਕਰੋ। ਕਿਸਾਨ ਚਾਹੁੰਦੇ ਕੀ ਨੇ? ਕਿਸਾਨ ਚਾਹੁੰਦੇ ਨੇ ਕਿ ਜਿਹੜੀਆਂ ਮੰਗਾਂ ਮੋਦੀ ਸਾਹਿਬ ਨੇ ਬਕਾਇਦਾ ਆਪ ਕਿਸੇ ਨਾਲ ਮੀਟਿੰਗ ਕੀਤੇ ਤੋਂ ਬਗੈਰ ਆਣ ਕੇ ਮੰਨ ਲਈਆਂ, ਉਸ ਤੋਂ ਬਾਅਦ ਉਹ ਮੰਗਾਂ ਨੂੰ ਲਾਗੂ ਕਰ ਦਿਓ। ਉਹ MSP ਦਾ ਮਸਲਾ ਹੈ ਜਾਂ ਹੋਰ ਜਿੱਥੋਂ ਤੱਕ ਸ਼ੁਭਕਰਨ ਦੀ ਗੱਲ ਹੈ, ਸ਼ੁਭਕਰਨ ਦੇ ਮਸਲੇ ਦੇ ਉੱਤੇ ਦੇਖੋ ਪੰਜਾਬ ਸਰਕਾਰ ਰੋਲ ਕਰ ਰਹੀ ਹੈ। ਇੱਕ ਪਾਸੇ ਤਾਂ ਉਹਨਾਂ ਨੂੰ ਕਹਿ ਰਹੇ ਕਿ ਤੁਹਾਡੀ ਨੌਕਰੀ ਵੀ ਦਰਬਾਰ ਨੂੰ ਦੇਵਾਂਗੇ, 1 ਕਰੋੜ ਰੁਪਈਆ ਵੀ ਦੇਵਾਂਗੇ, ਇਹ ਮੰਨਦੇ ਆ, ਲੇਕਿਨ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਵਿੱਚ ਨਹੀਂ ਲਿਆਉਣਾ ਚਾਹੁੰਦੇ। ਸੋ ਇਹ ਜਿਹੜੇ ਦੋਹਰੇ ਮਾਪਦੰਡ ਨੇ ਉਹਨਾਂ ਨੇ ਹੁਣੇ ਨੁਕਸਾਨ ਕੀਤਾ, ਅੱਗੇ ਵੀ ਹੋਵੇਗਾ। ਸੋ ਹਰ ਇੱਕ ਦੀ ਰਾਜਨੀਤਿਕ ਮਜਬੂਰੀ, ਉਸ ਮਜਬੂਰੀ ਦੇ ਵਿੱਚ ਉਹ ਆਪਣੀ ਗੱਲ ਨੂੰ ਅੱਗੇ ਵਧਾ ਰਿਹਾ।